ਪੰਜਾਬੀ ਬੁਲੇਟਿਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਤੁਹਾਨੂੰ ਦੱਸ ਦਈਏ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਵੱਲੋਂ ਅੱਜ ਨੋ ਵਰਕ ਡੇ ਦਾ ਐਲਾਨ ਕੀਤਾ ਗਿਆ ਹੈ। ਅਸੀਂ ਗੱਲਬਾਤ ਕਰਾਂਗੇ, ਸਾਡੇ ਨਾਲ ਇਸ ਵੇਲੇ ਰਜਿੰਦਰ ਸਰ ਮੌਜੂਦ ਹੈ ਤੇ ਜਾਣਾਂਗੇ ਕਿ ਪੂਰਾ ਮਾਮਲਾ ਕੀ ਹੈ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ ਸਰ। ਅੱਜ ਜਿਹੜਾ ਤੁਹਾਡੇ ਵੱਲੋਂ ਐਲਾਨ ਕੀਤਾ ਗਿਆ, ਇਸ ਦੀ ਕੀ ਵਜ੍ਹਾ? ਅੱਜ ਦਾ ਜਿਹੜਾ ਨੋ ਵਰਕ ਡੇ ਹੈਗਾ ਆ, ਇਹ ਪੰਜਾਬ ਐਂਡ ਹਰਿਆਣਾ ਬਾਰ ਕੌਂਸਲ ਦੀ ਕੱਲ ਇੱਕ ਮੀਟਿੰਗ ਹੋਈ ਸੀ, ਜਿਸ ਵਿੱਚ ਉਹਨਾਂ ਨੇ ਪੂਰੇ ਪੰਜਾਬ ਤੇ ਹਰਿਆਣੇ ਚੰਡੀਗੜ੍ਹ ਵਿੱਚ ਵਕੀਲਾਂ ਨੂੰ ਨੋ ਵਰਕ ਰੱਖਣ ਲਈ ਕਿਹਾ ਗਿਆ ਸੀ, ਕਿਉਂਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਉਹਨਾਂ ਵਕੀਲਾਂ ਦੇ ਘਰਾਂ ਤੇ ਛਾਪੇ ਮਾਰੇ ਆ, ਜਿਹੜੇ ਮਤਲਬ ਗੈਂਗਸਟਰਾਂ ਦੇ ਕੇਸ ਲੜਦੇ ਹੈਗੇ ਆ। ਉਹਦੇ ਵਿੱਚ ਡਾਕਟਰ ਸ਼ਸ਼ੀ ਸ਼ਰਮਾ ਚੰਡੀਗੜ੍ਹ ਬਾਰ ਐਸੋਸੀਏਸ਼ਨ ਨੂੰ ਬਿਲੋਂਗ ਕਰਦੀ ਹੈਗੇ ਆ, ਡਾਕਟਰ ਆਪਣਾ ਗੁਰਪ੍ਰੀਤ ਸਿੰਘ ਸਿੱਧੂ ਬਠਿੰਡੇ ਨੂੰ ਬਿਲੋਂਗ ਕਰਦੇ ਹੈਗੇ ਆ, ਉਹਨਾਂ ਦੇ ਘਰਾਂ ਤੇ ਛਾਪੇ ਮਾਰੇ ਗਏ, ਜਿਹੜਾ ਕਿ ਕਾਨੂੰਨੀ ਤੌਰ ਤੇ ਵੀ ਗਲਤ ਹੈ, ਅਦਰਵਾਈਜ਼ ਵੀ ਇਹ ਜਿਹੜਾ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਆ ਉਹਦਾ ਰੋਲ ਬੜਾ ਇਹ ਗਲਤ ਹੈਗਾ ਆ। ਇਸ ਤਰ੍ਹਾਂ ਇਹ ਸਾਡੇ ਪ੍ਰੋਫੈਸ਼ਨ ਤੇ ਦਖਲ ਅੰਦਾਜ਼ੀ ਹੈਗੀ ਆ ਇਹ ਸਰਕਾਰ ਦੀ ਤਰਫੋਂ, ਜਿਹੜਾ ਕਿ ਵਕੀਲ ਭਾਈਚਾਰਾ ਬਰਦਾਸ਼ਤ ਨਹੀਂ ਕਰੂਗਾ। ਕੱਲ ਨੂੰ ਜੇ ਅੱਜ ਅਸੀਂ ਇਹ ਗੱਲ ਨਹੀਂ ਕਰਦੇ, ਕੱਲ ਨੂੰ ਕੋਈ ਹੋਰ ਏਜੰਸੀ ਵੀ ਤੁਸੀਂ ਟੈਰਰਿਸਟਾਂ ਨੇ ਕੇਸ ਕਿਉਂ ਲੜਦੇ ਹੈਗੇ ਆ, ਕੱਲ ਨੂੰ ਇਹ ਵੀ ਗੱਲ ਕਹਿਣਗੇ ਵੀ ਜੇ ਉਹ ਕੋਈ ਬਰੀ ਹੋ ਜਾਂਦਾ ਹੈਗਾ ਆ ਤੇ ਉਹ ਜੱਜਾਂ ਨੂੰ ਵੀ ਥ੍ਰੈਟ ਕਰਨਗੇ, ਜੱਜਾਂ ਦੇ ਘਰਾਂ ਤੇ ਵੀ ਛਾਪੇ ਮਾਰਨਗੇ। ਇਸ ਕਰਕੇ ਇਹ ਸਰਬਸੰਮਤੀ ਨਾਲ ਬਾਰ ਕੌਂਸਲ ਪੰਜਾਬ ਐਂਡ ਹਰਿਆਣਾ ਨੇ ਜਿਹੜਾ ਇਹ ਫੈਸਲਾ ਕੀਤਾ ਸੀ, ਅੱਜ ਪੰਜਾਬ ਚ ਜਲੰਧਰ ਆਪਣੇ ਚੰਡੀਗੜ੍ਹ ਚ ਤੇ ਹਰਿਆਣੇ ਦੇ ਵਿੱਚ ਸਾਰੀਆਂ ਜਿਹੜੀਆਂ ਡਿਸਟ੍ਰਿਕਟ ਬਾਰ ਐਸੋਸੀਏਸ਼ਨਾਂ ਹੈਗੀਆਂ ਉਹ ਨੋ ਵਰਕ ਡੇ ਰੱਖਣਗੀਆਂ। ਉਹਦੇ ਸੰਬੰਧ ਵਿੱਚ ਅੱਜ ਜਲੰਧਰ ਦੇ ਵਿੱਚ ਵੀ ਨੋ ਵਰਕ ਡੇ ਰੱਖਿਆ ਗਿਆ ਹੈ। ਕਦੋਂ ਤੋਂ ਲੈ ਕੇ ਕਦੋਂ ਤੱਕ ਆਹ ਜਿਹੜਾ ਚੱਲੇਗਾ? ਅੱਜ ਜਿਹੜੀ 2 ਵਜੇ ਬਾਰ ਕੌਂਸਲ ਪੰਜਾਬ ਐਂਡ ਹਰਿਆਣੇ ਦੀ ਮੀਟਿੰਗ ਆ, ਉਹਦੇ ਵਿੱਚ ਫਰਦਰ ਐਕਸ਼ਨ ਦਾ ਜਿਹੜਾ ਉਹ ਐਲਾਨ ਹੋਊਗਾ ਵੀ ਕੀ ਕਰਨਾ ਹੈਗਾ, ਇਹਦੇ ਸੰਬੰਧ ਵਿੱਚ ਗ੍ਰਿਫਤਾਰੀਆਂ ਦੇਣੀਆਂ ਆ ਜਾਂ ਮਤਲਬ ਇਹਨੂੰ ਨੋ ਵਰਕ ਡੇ ਨੂੰ ਕੰਟੀਨਿਊ ਰੱਖਣਾ, 2 ਵਜੇ ਤੋਂ ਬਾਅਦ ਪਤਾ ਲੱਗੂਗਾ। ਸਰ, ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਐਡਵੋਕੇਟਸ ਨੂੰ ਮੈਂਟਲੀ ਹਰਾਸ ਕੀਤਾ ਜਾ ਰਿਹਾ ਇਹੋ ਜਿਹੀਆਂ ਕਾਰਵਾਈਆਂ ਕਰਕੇ? ਕਿਉਂਕਿ ਜਿੱਥੇ ਤੱਕ ਵੇਖਿਆ ਜਾਵੇ ਕਿ ਐਡਵੋਕੇਟਸ ਹੁੰਦੇ ਨੇ ਜਿਹੜੇ ਕਿ ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰਦੇ ਨੇ, ਲੋਕਾਂ ਦੇ ਹਿੱਤਾਂ ਦੇ ਲਈ ਬੋਲਦੇ ਨੇ, ਲੇਕਿਨ ਕਿਤੇ ਨਾ ਕਿਤੇ ਆ ਕੇ ਉਹਨਾਂ ਉੱਤੇ ਕਾਰਵਾਈ ਕਰਕੇ ਕੀ ਸਾਬਿਤ ਕਰਨਾ ਚਾਹੁੰਦਾ ਹੈ ਪ੍ਰਸ਼ਾਸਨ? ਇਹ ਮੈਂ ਤੁਹਾਨੂੰ ਸ਼ੁਰੂ ਵਿੱਚ ਹੀ ਕਿਹਾ ਸੀ, ਇਹ ਸਾਡੇ ਕੰਮ ਦੇ ਵਿੱਚ ਦਖਲ ਅੰਦਾਜ਼ੀ ਹੈਗੀ ਆ। ਅਸੀਂ ਇੱਕ ਕ੍ਰਿਮੀਨਲ ਦਾ ਵੀ ਕੇਸ ਲੜਨਾ ਹੈਗਾ, ਅਸੀਂ ਉਹ ਗੈਂਗਸਟਰ ਦਾ ਵੀ ਲੜਨਾ ਹੈਗਾ, ਅਸੀਂ ਦੂਸਰੇ ਹਰ ਤਰ੍ਹਾਂ ਦੇ ਕੇਸ ਲੜਦੇ ਹੈਗੇ ਆ। ਕੱਲ ਨੂੰ ਕੋਈ ਵਕੀਲ ਆਪਣੇ ਏਜੰਸੀਆਂ ਇਸ ਕਰਕੇ ਛਾਪੇ ਮਾਰ ਦੇਣਗੀਆਂ ਵੀ ਤੁਸੀਂ ਬਲਾਤਕਾਰੀਆਂ ਦੇ ਕਿਉਂ ਕੇਸ ਲੜਦੇ ਹੈਗੇ ਆ। ਸੱਚ ਝੂਠ ਦਾ ਨਿਤਾਰਾ ਜਿਹੜਾ ਕੇਸ ਜਦੋਂ ਖਤਮ ਹੁੰਦਾ ਉਦੋਂ ਪਤਾ ਲੱਗਦਾ ਹੈਗਾ। ਸਾਰੇ ਪਹਿਲਾਂ ਜਿਹੜੇ ਉਹ ਇਨੋਸੈਂਟ ਹੁੰਦੇ ਆ, ਉਹਨਾਂ ਦੀ ਮਦਦ ਕਰਨਾ ਵਕੀਲ ਦਾ ਇਹ ਪਹਿਲਾ ਕੰਮ ਹੁੰਦਾ ਹੈਗਾ ਆ। ਇਸ ਕਰਕੇ ਮਤਲਬ ਸਾਡੇ ਕੰਮ ਵਿੱਚ ਦਖਲ ਅੰਦਾਜ਼ੀ ਆ, ਔਰ ਬਿਲਕੁਲ ਗੱਲ ਠੀਕ ਹੈ ਕਿ ਇਹ ਵਕੀਲਾਂ ਨੂੰ ਪਰੇਸ਼ਾਨ ਕਰਨ ਲਈ ਇੱਕ ਨਵੀਂ ਸਾਜ਼ਿਸ਼ ਆ ਗਈ ਪ੍ਰਸ਼ਾਸਨ ਨਾਲੋਂ, ਜਿਹੜੇ ਅਸੀਂ ਹੋਰ ਨਿਖੇਧੀ ਕਰਦੇ ਹਾਂ। ਜਿਵੇਂ ਕਿ ਤੁਸੀਂ ਸੁਣਿਆ ਕਿ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਕਿ ਏਜੰਸੀਆਂ ਵੱਲੋਂ ਲਗਾਤਾਰ ਐਡਵੋਕੇਟਸ ਦੇ ਘਰਾਂ ਦੇ ਵਿੱਚ ਜਿਹੜੀ ਛਾਪੇਮਾਰੀ ਕੀਤੀ ਜਾ ਰਹੀ, ਕਿਉਂਕਿ ਕਿਤੇ ਨਾ ਕਿਤੇ ਇੱਕ ਐਡਵੋਕੇਟ ਦਾ ਕੰਮ ਹੈ ਕਿ ਸੱਚ ਲੱਭ ਕੇ ਜਨਤਾ ਦੇ ਅੱਗੇ ਲੈ ਕੇ ਆਉਣਾ, ਤੇ ਕਿਸੇ ਬੇਗੁਨਾਹ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ, ਇਸ ਚੀਜ਼ ਨੂੰ ਪਹਿਲਾਂ ਕਲੀਅਰ ਕਰਨਾ। ਸੋ ਲਗਾਤਾਰ ਇਹੋ ਜਿਹੀਆਂ ਕਾਰਵਾਈਆਂ ਐਡਵੋਕੇਟਸ ਦੇ ਉੱਤੇ ਜਿਹੜੀਆਂ ਹੋ ਰਹੀਆਂ, ਉਸਦਾ ਕੜੇ ਸ਼ਬਦਾਂ ਚ ਨਿੰਦਾ ਜਿਹੜੀ ਕੀਤੀ ਗਈ ਹੈ। ਕੈਮਰਾਮੈਨ ਵਿਜੇ ਦੇ ਨਾਲ ਭਾਵਨਾ ਜਲੰਧਰ।